हेलो फ्रेंड्स, आप जी का मेरे यूट्यूब चैनल थिंक टेक में बहुत बहुत स्वागत है। सो अज की वीडियो के विच असीं डिस्कस करांगे मास्टर कैडर अते ईटीटी का जिहड़ा कुरैक्शन पैनल है ओपन हो गया, स्पैशली वो वाले कैंडीडेट्स जिन्हों की फीस है वो डिपोजिट हो गई है। जिहड़े नवे कैंडीडेट्स अप्लाई करते पे ने उन्हां दा फिलहाल पहले तो ही कुरैक्शन पैनल ओपन है, उहदे विच एरर आ रहा है फिल बट नोट अप्रूव्ड। वो अपनी डिटेल्स एडिट कर सकते हैं, बट जिन्हों की फीस कन्फर्म हो गई है वो कैंडीडेट्स भी हुण अपनी कुरैक्शनस कर सकते हैं, स्पैशली वो वाले कैंडीडेट जिन्हों ने ईटीटी और मास्टर कैडर का फॉर्म फिल किया रिजल्ट तो पहले मीन टू से 18 तो पहले। कुरैक्शन किदा करनी होगी देख लो जी, तुहाडा इत्थे लिंक बने हुए हैं लेटेस्ट सर्कुलर दे विच, ईटीटी मास्टर कैडर के लिंक बने हुए हैं। पहले मैं ईटीटी के लिंक के उपर क्लिक किया, दूसरा इत्थे मास्टर कैडर का लिंक है। ईटीटी का मैं एक फॉर्म इत्थे लॉगिन कर लैंदा है, कोई आप कैंडीडेट की डिटेल इतों लैके उन्होंने लॉगिन कर लें। ਇਹਦੀ ਤੁਸੀਂ ਮਾਸਟਰ ਕੈਡਰ ਦਾ ਓਪਨ ਕਰ ਲੈਣਾ ਜੀ, ਇਹ ਮਾਸਟਰ ਕੈਡਰ ਦਾ ਓਪਨ ਕਰ ਲਿਆ ਮੈਂ। ਸੋ ਇੱਥੇ ਆਪਾਂ ਕਿਸੇ ਕੈਂਡੀਡੇਟ ਦਾ ਈਟੀਟੀ ਦਾ ਫਿਲ ਕਰ ਲੈਂਦੇ ਹਾਂ। ਸੋ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਚੀਜ਼ ਦੀ ਕੁਰੈਕਸ਼ਨ ਨਹੀਂ ਕਰ ਸਕਦੇ ਉਹ ਵੀ ਦੇਖ ਲਓ ਜੀ। ਤੁਸੀਂ ਆਪਣਾ ਨਾਮ, ਫਾਦਰ ਨੇਮ, ਮਦਰ ਨੇਮ, ਤੁਹਾਡਾ ਜੈਂਡਰ, ਡੋਮੀਸਿਲ, ਤੁਹਾਡਾ ਫੋਨ ਨੰਬਰ, ਇਹਨਾਂ ਦੀ ਤੁਸੀਂ ਐਡੀਟਿੰਗ ਨਹੀਂ ਕਰ ਸਕਦੇ। ਟੈਟ 1 ਹੈ, ਟੈਟ 2 ਹੈ, ਇਹਦੀ ਵੀ ਐਡੀਟਿੰਗ ਨਹੀਂ ਕਰ ਸਕਦੇ। ਉਸ ਤੋਂ ਬਾਅਦ ਜਿਹੜੀ ਤੁਹਾਡੀ ਕੈਟਾਗਰੀ ਹੈ SC, BC, ਜਨਰਲ, ਇਹਨਾਂ ਦੀ ਵੀ ਤੁਸੀਂ ਕੋਈ ਵੀ ਐਡੀਟਿੰਗ ਨਹੀਂ ਕਰ ਸਕਦੇ। ਇਹ ਡਿਟੇਲ ਫਿਕਸ ਹੈ, ਇਹਦੇ ਵਾਸਤੇ ਤੁਹਾਨੂੰ ਬੋਰਡ ਤੋਂ ਹੀ ਸੈਟਿੰਗ ਕਰਾਉਣੀ ਪਊ। ਸੋ ਇਹ ਜਿਹੜੇ ਡਿਟੇਲ ਸੀਗੀਆਂ ਇਹਦੇ ਵਿੱਚ ਤੁਸੀਂ ਕੁਰੈਕਸ਼ਨਸ ਨਹੀਂ ਕਰ ਸਕਦੇ। ਜਿਹਨਾਂ ਵਿੱਚ ਤੁਸੀਂ ਕੁਰੈਕਸ਼ਨ ਕਰ ਸਕਦੇ ਹੋ ਉਹ ਮੈਂ ਡਿਟੇਲ ਤੁਹਾਨੂੰ ਦੱਸ ਦਿੰਦਾ। ਸੋ ਫਿਲਹਾਲ ਇੱਥੇ ਦੇਖੋ ਜੀ, ਇਹ ਇੱਕ ਫੋਰਮ ਹੈਗਾ ETT ਦਾ, ਇਹ ਹੈ ਜੀ ਮਾਸਟਰ ਕੈਡਰ ਦਾ। ਆਹ ਦੇਖੋ ਜੀ, ਇਹ ਫੋਰਮ ਹੈ। ਤੁਸੀਂ ਐਡੀਟਿੰਗ ਕਿੱਦਾਂ ਕਰਨੀ ਹੈ? ਤੁਸੀਂ ਜਾਣਾ ਪਹਿਲੇ ਤਾਂ ਜਨਰਲ ਪ੍ਰੋਫਾਈਲ ਦੇ ਵਿੱਚ, ਜਨਰਲ ਪ੍ਰੋਫਾਈਲ ਦੇ ਵਿੱਚ ਜਾ ਕੇ ਤੁਸੀਂ ਆਪਣੀ ਜਿਹੜੀ ਡਿਟੇਲ ਐਡਿਟ ਕਰਨੀ ਹੈ ਐਡਿਟ ਕਰਕੇ ਲਾਸਟ ਵਿੱਚ ਅਪਡੇਟ ਆਉਣਾ ਹੈ, ਤੁਸੀਂ ਉਹਨੂੰ ਅਪਡੇਟ ਕਰ ਦਿਓ। ਅਤੇ ਐਜੂਕੇਸ਼ਨਲ ਵਿੱਚ ਕੀ ਕਰਨਾ ਹੈ? ਅਪਲਾਈ ਹੇਅਰ ਤੇ ਜਾਣਾ ਤੁਸੀਂ। ਅਪਲਾਈ ਹੇਅਰ ਤੇ ਜਾ ਕੇ ਆਹ ਪੈਨਸਲ ਆਈਕਨ ਆਉਂਦਾ ਪਿਆ, ਤੁਸੀਂ ਪੈਨਸਲ ਦੇ ਆਈਕਨ ਤੇ ਕਲਿੱਕ ਕਰਨਾ ਹੈ ਅਤੇ ਕਲਿੱਕ ਕਰਕੇ ਜਿਹੜੀ ਵੀ ਤੁਸੀਂ ਡਿਟੇਲ ਮੋਡੀਫਾਈ ਕਰਨੀ ਹੈ ਮੋਡੀਫਾਈ ਕਰਕੇ ਅਪਡੇਟ ਕਰ ਦਿਓ। ਇਵੇਂ ਹੀ ਤੁਸੀਂ ਆਪਣੀ ਫੋਟੋ ਅਤੇ ਸਿਗਨੇਚਰ ਵੀ ਅਪਡੇਟ ਕਰ ਸਕਦੇ ਹੋ। ਇਹ ਤਾਂ ਸੀ ਮਾਸਟਰ ਕੈਡਰ ਦਾ ਫੋਰਮ। ਹੁਣ ਆਪਾਂ ਗੱਲ ਕਰਦੇ ਹਾਂ ETT ਦੀ। ਹੁਣ ਦੇਖੋ ਜੀ, ਜਿਹੜੀ ਕੁਰੈਕਸ਼ਨ ਹੋਊਗੀ ਤੁਹਾਨੂੰ ਕਿਤਾਬ ਲੱਗੂਗਾ ਕਿ ਕੁਰੈਕਸ਼ਨ ਹੋਈ ਹੈ ਜਾਂ ਨਹੀਂ ਹੋਈ, ਸਪੈਸ਼ਲੀ ਜਿਹਨਾਂ ਕੈਂਡੀਡੇਟਸ ਦੀ ਫੀਸ ਡਿਪੋਜ਼ਿਟ ਹੋ ਚੁੱਕੀ ਹੈ ਅਤੇ ਕਨਫਰਮ ਹੋ ਚੁੱਕੀ ਹੈ। ਉਹ ਕੀ ਕਰੂਗੇ? ਪ੍ਰਿੰਟ ਐਪਲੀਕੇਸ਼ਨ ਫਾਰਮ ਵਿੱਚ ਜਾਓਗੇ, ਤੁਹਾਡੀ ਸਾਰੀ ਉੱਥੇ ਪਹਿਲੇ ਤਾਂ ਜਨਰਲ ਪ੍ਰੋਫਾਈਲ ਦੇ ਵਿੱਚ ਜਿਹੜੀ ਤੁਸੀਂ ਆਪਣਾ ਐਡਰੈਸ ਵਗੈਰਾ ਫਿਲ ਕੀਤਾ ਸੀ ਉਹ ਸ਼ੋ ਹੋਊਗਾ। ਦੂਸਰਾ, ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਸ਼ੋ ਹੋਊਗੀ, ਉਹ ਤੁਹਾਡੀ ਇੱਥੇ ਉਹੀ ਸ਼ੋ ਹੋਣੀ ਹੈ ਹੁਣ ਜਿਹੜੀ ਤੁਸੀਂ ਇਹਨਾਂ ਵਿੱਚ ਮੋਡੀਫਾਈ ਕੀਤੀ ਹੈ। ਹੁਣ ਗੱਲ ਕਰਦੇ ਹਾਂ ETT ਦੀ। ਆਹ ਦੇਖੋ ਜੀ, ਇਹਦੇ ਵਿੱਚ ਪਹਿਲੇ ਤੁਸੀਂ ਇੱਥੇ ਫਿਲ ਜਨਰਲ ਪ੍ਰੋਫਾਈਲ ਹੈ, ਇਹਦੇ ਵਿੱਚ ਆਪਣੀ ਐਡੀਟਿੰਗ ਕਰਕੇ ਤੁਸੀਂ ਇੱਥੇ ਅਪਡੇਟ ਕਰ ਦਿਓ। ਉਸ ਤੋਂ ਬਾਅਦ ਤੁਸੀਂ ਅਪਲੋਡ ਫੋਟੋ ਅਤੇ ਸਿਗਨੇਚਰ ਵਿੱਚ ਜਾਓ, ਇੱਥੇ ਅਪਡੇਸ਼ਨ ਕਰ ਲਓ। ਉਸ ਤੋਂ ਬਾਅਦ ਦੇਖੋ, ਇੱਦਾਂ ਕੈਂਡੀਡੇਟ ਦੀ ਫੋਟੋ ਇੱਥੇ ਆਪਾਂ ਟੈਸਟਡ ਨਹੀਂ ਲਗਾਈ ਹੈ, ਸੈਲਫ ਅਡਿਟ ਕਰਕੇ ਤੁਸੀਂ ਫੋਟੋ ਵੀ ਆਪਣੀ ਅਪਡੇਟ ਕਰ ਸਕਦੇ ਹੋ। ਨਹੀਂ ਹੋ ਰਹੀ, ਕੋਈ ਵੀ ਪ੍ਰੋਬਲਮ ਆ ਰਹੀ ਹੈ, ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਮੇਰੇ ਥਰੂ ਵੀ ਕਰਵਾ ਸਕਦੇ ਹੋ, ਬਿਕੋਜ਼ ਤੁਹਾਨੂੰ ਪਤਾ ਹੈ ਕੈਫੇ ਵਗੈਰਾ ਸਾਰੇ ਬੰਦ ਹੈ। ਤੁਹਾਨੂੰ ਇਸ਼ੂਜ਼, ਯੂ ਕੈਨ ਮੈਸੇਜ ਮੀ ਔਨ ਵਟਸਐਪ, ਆਪਣਾ ਨਾਮ ਅਤੇ ਡਿਸਟ੍ਰਿਕਟ ਦੱਸ ਦਿਓ, ਦੈਨ ਮੈਂ ਤੁਹਾਡੀ ਫੋਟੋ ਅਤੇ ਜੋ ਵੀ ਤੁਸੀਂ ਮੋਡੀਫਿਕੇਸ਼ਨਸ ਕਰਨੀ ਹੈ ਮੈਂ ਤੁਹਾਡੀ ਅਪਲੋਡ ਕਰ ਦੂੰਗਾ। ਉਸ ਤੋਂ ਬਾਅਦ ਫਿਲ ਐਪਲੀਕੇਸ਼ਨ ਦੇ ਵਿੱਚ ਜਾਓਗੇ, ਤੁਸੀਂ ਜਿਹੜੀ ਵੀ ਤੁਹਾਡੀ ਇੱਥੇ ਐਜੂਕੇਸ਼ਨ ਡਿਟੇਲ ਤੁਸੀਂ ਫਿਲ ਕੀਤੀ ਸੀ, ਅਗਰ ਕਿਸੇ ਵਿੱਚ ਕੋਈ ਮਿਸਟੇਕ ਹੈ ਉਹ ਤੁਸੀਂ ਇੱਥੇ ਫਿਲ ਕਰ ਸਕਦੇ ਹੋ। ਠੀਕ ਹੈ ਜੀ, ਲਾਈਕ ਇੱਥੇ ਮੈਂ ਦੇਖੋ ਇਹ ਕੋਮਾ ਕਰਤਾ ਇੰਗਲਿਸ਼ ਦਾ, ਇਹ ਪੂਰਾ ਪਾ ਲਿਆ। ਸੇਵ ਕਰ ਦਿਓ ਡਿਟੇਲ ਨੂੰ, ਡੈਟ ਮੀਨਸ ਤੁਹਾਡੀ ਜਿਹੜੀ ਡਿਟੇਲ ਹੈ ਉਹ ਪੂਰੀ ਅਪਡੇਟ ਹੋ ਗਈ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਜਿਲੇ ਤੁਸੀਂ ਇੱਥੇ ਪ੍ਰਿੰਟ ਐਪਲੀਕੇਸ਼ਨ 'ਤੇ ਜਾਓਗੇ, ਜੇ ਤਾਂ ਤੁਹਾਡੀ ਫੀਸ ਕਨਫਰਮ ਹੋ ਗਈ ਹੈ, ਤੁਹਾਡਾ ਇੱਥੇ ਇੱਕ ਜਿਹੜਾ ਫੋਮ ਹੈ ਉਹ ਜਨਰੇਟ ਹੋਣਾ ਹੈ ਅਤੇ ਉਹ ਫੋਮ ਦੇ ਵਿੱਚ ਤੁਹਾਡੀ ਫੋਟੋ ਦੇ ਨਾਲ ਨਾਲ ਜਿਹੜੀ ਤੁਸੀਂ ਡਿਟੇਲ ਅਪਡੇਟ ਕੀਤੀਆਂ ਉਹ ਡਿਟੇਲ ਵੀ ਨਾਲ ਸਾਰੀਆਂ ਸ਼ੋਅ ਹੋ ਗਈਆਂ। ਸੋ ਫਰੈਂਡਸ, ਇੱਦਾਂ ਤੁਸੀਂ ਮਾਸਟਰ ਕੈਡਰ ਅਤੇ ETT ਦੇ ਫੋਮ ਦੇ ਵਿੱਚ ਕੁਰੈਕਸ਼ਨਸ ਕਰ ਸਕਦੇ ਹੋ ਅਤੇ ਫੋਟੋਜ਼ ਜਿਹੜੀਆਂ ਉਹ ਮੈਂ ਤੁਹਾਨੂੰ ਇਹੀ ਪ੍ਰੈਫਰ ਕਰੂੰਗਾ ਕਿ ਆਪਣੀਆਂ ਸੈਲਫ ਅਟ੍ਰੈਕਟਿਡ ਫੋਟੋਆਂ ਲਗਾਓ, ਬਿਕੋਜ਼ ਉਹਨਾਂ ਦੀ ਗਾਈਡਲਾਈਨ ਦੇ ਅਕੋਰਡਿੰਗ ਉਹਨਾਂ ਨੇ ਸਪੈਸ਼ਲ ਦੱਸਿਆ ਪਿਆ, ਜਿਹੜਾ ਉਹਨੇ ਨੋਟੀਫਿਕੇਸ਼ਨ ਰਿਲੀਜ਼ ਕੀਤਾ ਸੀ ਕਿ ਫੋਟੋਆਂ ਜਿਹੜੀਆਂ ਤੁਹਾਡੀਆਂ ਉਹ ਸੈਲਫ ਅਟ੍ਰੈਕਟਿਡ ਹੋਣੀਆਂ ਚਾਹੀਦੀਆਂ ਹੈ। ਸੋ ਫਰੈਂਡਸ, ਇਹ ਦਿਨਾਂ ਫੋਰਮ ਦੇ ਵਿੱਚ ਤੁਸੀਂ ਇੱਦਾਂ ਕੁਰੈਕਸ਼ਨਸ ਕਰ ਸਕਦੇ ਹੋ। ਕੋਈ ਵੀ ਕੁਰੀ ਜਾਂ ਕਮੈਂਟ ਜਾਂ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਹਦਾ ਸਲਿਊਸ਼ਨ ਲੈ ਸਕਦੇ ਹੋ। ਸੋ ਜਿੰਨਾ ਹੋ ਸਕੇ ਫਰੈਂਡਸ, ਵੀਡੀਓ ਨੂੰ ਸ਼ੇਅਰ ਕਰੋ, ਆਪਣੇ ਫਰੈਂਡਸ ਨੂੰ ਵੀ ਦੱਸੋ ਕਿ ਕੁਰੈਕਸ਼ਨ ਸ਼ੁਰੂ ਹੋ ਚੁੱਕੀ ਹੈ, ਸੋ ਡੈਟ ਉਹਨਾਂ ਦੀ ਵੀ ਜਿਹੜੀਆਂ ਗਲਤੀਆਂ ਵਗੈਰਾ ਉਹਨਾਂ ਨੇ ਕੀਤੀਆਂ ਉਹ ਵੀ ਉਹਨਾਂ ਦੀ ਜਿਹੜੀ ਕੁਰੈਕਸ਼ਨ ਹੈ ਟਾਈਮਲੀ ਕਰ ਸਕਣ। ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਪ੍ਰੀਸ਼ੀਅਸ ਟਾਈਮ।